तस्वीर हो रही है जस्सा पट्टी दे उमेश मदरे दे नाल अज दी झंडी दी कुछ दी एक बार ताड़ियां मार दे दोनों मल्लां दे लई। हेलो लो भी बहुत बड़ी खुशखबरी है जिथे बलबीर सिंह सरपंच दे लड़के दा हुणे फोन आया इंग्लैंड तों ओह कहिंदा जिहड़ा जलेबियां दा कहां लंगर ओह 5 दिन ले जे 6 दिन ले होवे ओह मेरा होणा। बलबीर सिंह दा लड़का वे जिहड़ा इंग्लैंड विच होया उन्हां वल्लों बेनती आ कि जिहड़ा 5-6 दिन जलेबियां लंगर चलना ਉਹ ਮੇਰੇ ਵੱਲੋਂ ਚੱਲਣਾ। ਬੜੀ ਮਿਹਰਬਾਨੀ ਬਈ, ਸ਼ਾਬਾਸ਼ ਸ਼ਾਬਾਸ਼ ਤੁਹਾਡੀ ਵੀਰ। ਚਾਚਾ ਜੀ ਢੋਲ ਹੁਣ ਥੋੜਾ ਜਿਹਾ ਡਗਾ ਹਲਕਾ ਕਰ ਲਈਏ। ਲੈ ਵੀ ਉਮੇਸ਼ ਮਦਰਾ ਇੱਕ ਵਾਰ ਅਤਕੜਾ ਕਰੇ ਲਾਲ ਰੰਗ ਦੀ ਕਹਿ ਜਾ ਤਾੜੀਆਂ ਮਾਰ ਦਿਓ ਜ਼ੋਰਦਾਰ। ਜੱਸਾ ਪੱਟੀ ਲਈ ਜ਼ੋਰਦਾਰ ਤਾੜੀਆਂ ਮਾਰ ਦਈਏ। ਲੈ ਵੀ ਬਾਹਰੋਂ ਆ ਕੇ ਕੋਈ ਵੀ ਫੈਸਲਾ ਨਾ ਦੇਵੇ। ਸਾਡੇ ਸੰਤੋਖ ਸਿੰਘ ਜੀ ਸੋਖੀ, ਮਹਿੰਦਰ ਸਿੰਘ ਜੀ ਰੰਦਾਵਾ, ਟੋਲੀ ਵੀਰ ਇੱਕ ਮਿੰਟ ਦੇ ਦਿਓ। ਪਹਿਲਾਂ ਸਿੱਧੇ 25 ਮਿੰਟ ਦਿੱਤੇ ਗਏ, ਇੱਕ ਵਾਰ ਤਾੜੀਆਂ ਮਾਰ ਦਿਓ ਦੋਨਾਂ ਪਹਿਲਵਾਨਾਂ ਦੇ ਲਈ। ਅੱਜ ਦੀ ਝੰਡੀ ਦੀ ਕੁਸ਼ਤੀ ਕਹਿੰਦੇ ਸ਼ੁਰੂ ਹੋਣ ਲੱਗੀ ਹੈ। ਆਹ ਸਾਹਮਣੇ ਕਹਿੰਦੇ ਵੱਡਾ ਮਾਣ ਦਿੱਤਾ ਜਾ ਰਿਹਾ ਤੇ ਵੱਡੀ ਕੁਸ਼ਤੀ ਜਿਹੜੀ ਸ਼ੁਰੂ ਹੋ ਗਈ ਹੈ ਅੱਜ ਦੀ ਝੰਡੀ ਦੀ ਕੁਸ਼ਤੀ, ਜਿੱਥੇ ਸਰਦਾਰ ਬਲਵਿੰਦਰ ਸਿੰਘ ਸਨ ਆਫ ਸਰਦਾਰ ਮਹਿੰਦਰ ਸਿੰਘ ਜੀ ਖੰਗੂੜਾ ਪਰਿਵਾਰ ਹੈ ਕੈਨੇਡਾ ਦੀ ਧਰਤੀ 'ਚ, ਜਿਨ੍ਹਾਂ ਦੇ ਵੱਲੋਂ ਝੰਡੀ ਦੀ ਕੁਸ਼ਤੀ ਲਈ ਕਹਿੰਦੇ ਬੁਲਟ ਮੋਟਰਸਾਈਕਲ ਹੈ ਤੇ ਆਹ ਕੁਸ਼ਤੀ ਦਾ ਕੁਝ ਵੀ ਹੋ ਸਕਦਾ। ਇੱਕ ਪਾਸੇ ਜੱਸਾ ਪੱਟੀ ਹੈ, ਆਹ ਦੂਸਰੇ ਪਾਸੇ ਕਹਿੰਦੇ ਉਮੇਸ਼ ਮਦਰਾ, ਉੱਥੇ ਸਰਦਾਰ ਤਾਰ ਸਿੰਘ ਜੀ ਕੋਲਾ। ਖਹਿਰਾ ਪੱਟੀਆਂ ਵਾਲਿਆਂ ਦਾ ਬਹੁਤ ਵੱਡਾ ਧੰਨਵਾਦ ਹੈ, ਅੱਜ ਦੇ ਛਿੰਜ ਮੇਲੇ ਨੂੰ ਲਾਈਵ ਤੱਕਦੇ ਆ, ਬਹੁਤ ਵੱਡੇ ਸਤਿਕਾਰ ਨੇ। ਔਰ ਜਿੱਥੇ ਕਹਿੰਦੇ ਆਪਣੇ ਨਗਰ ਵਿੱਚ ਵੱਡਾ ਕਬੱਡੀ ਕਾਪੀ ਕਰਾਇਆ, ਇਲਾਕਾ ਡਿਵੈਲਪਮੈਂਟ 'ਚ ਵੱਡਾ ਨਾਮਣਾ ਦਿੰਦਾ ਤੇ ਸਾਹਮਣੇ ਦੇਖਾਂਗੇ ਬਚਿੱਤਰ ਸਿੰਘ ਕੈਨੇਡਾ ਚੱਕ ਸਾਬੂ ਵਾਲੇ ਲਾਈਵ ਹੈ। ਲਾ ਸਾਹਮਣੇ ਕਹਿੰਦੇ ਇੱਧਰ ਫੇਰ ਵੱਡਾ ਧੰਨਵਾਦ ਸਾਡੇ ਅਪਰੇ ਤੋਂ ਪੁਲਿਸ ਚੌਂਕੀ ਦੇ ਇੰਚਾਰਜ ਸਾਡੇ ਸੋਢੀ ਬਾਈ ਹੁਣੀ ਪੁੱਜੇ ਹੋਏ ਆ, ਇਹਨਾਂ ਦੇ ਨਾਲ ਜਿੰਨੇ ਵੀ ਪੰਜਾਬ ਪੁਲਿਸ ਕਰਮਚਾਰੀ ਪੁੱਜੇ ਹੋਏ ਆ, ਸਾਰੇ ਭਰਾਵਾਂ ਦਾ ਵੱਡਾ ਧੰਨਵਾਦ ਅਸੀਂ ਆਪਣੇ ਵੱਲੋਂ ਸਾਰੀ ਪ੍ਰਬੰਧਕ ਕਮੇਟੀ ਦੇ ਵੱਲੋਂ ਆ ਧੰਨਵਾਦ ਕੀਤਾ ਜਾ ਰਿਹਾ ਵੀ ਕਿਸੇ ਭਰਾ ਦਾ ਕੋਈ ਮੋਟਰਸਾਈਕਲ ਚੱਕਿਆ ਕਿ ਸਾਡੇ ਐਸਆਈ ਸਾਹਿਬ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਵੀ ਆਪਣੇ ਆਪਣੇ ਸਾਧਨਾਂ ਨੂੰ ਸਾਂਭ ਕੇ ਰੱਖਿਓ। ਲਓ ਝੰਡੀ ਦੀ ਕੁਸ਼ਤੀ ਸਮਰਾੜੀ ਪਿੰਡ ਸਰਦਾਰ ਵੀਰ ਸਿੰਘ ਜੀ ਲਾਂਦੜਿਆਣੇ ਦੇਖਦੇ ਆ, ਮੱਕਰ ਸਿੰਘ ਜੀ ਸੋਤਾ ਜੀ ਉਹਨਾਂ ਦਾ ਬਹੁਤ ਵੱਡਾ ਧੰਨਵਾਦ, ਸ਼ੀਰਾ ਬਾਜੀ ਜੋਗਾ ਪੱਪੂ ਬਾਈ ਉਹਨਾਂ ਦੇ ਵੱਡੇ ਸਤਿਕਾਰ ਰਹਿੰਦੇ ਆ। ਆਹ ਸਰਦਾਰ ਮਨ ਸਿੰਘ ਜੀ ਸੋਤਾ, ਮਾਤਾ ਸਰਜੀਤ ਕੌਰ ਨਹੀਂ ਰਹਿ ਕੇ ਵੱਡਾ ਨਾਮਣਾ ਉਹ ਸਾਡੇ ਨਗਰ ਲਈ ਛੱਡ ਕੇ ਗਏ ਆ। ਪਰ ਇੱਧਰ ਜੱਸਾ ਪੱਟੀ ਆਹ ਉਮੇਸ਼ ਮਦਰੇ ਦੇ ਦਰਮਿਆਨ ਯੁੱਧ ਚੱਲਦਾ ਹੈ ਕਿ ਉਹ ਡਾਮਾ ਡੋਲ ਰਹਿੰਦੀਆਂ ਕਬੀਲਦਾਰੀਆਂ ਘਰ ਵਿੱਚ ਬੰਦੇ ਸੂ ਜਵਾਨ ਤੋਂ ਬਿਨਾ ਉਹ ਕਦੇ ਨਾ ਚੱਲਣ ਹੱਟੀਆਂ, ਸੱਚੀ ਅਤੇ ਮਿੱਠੀ ਜੀ ਜਵਾਨ ਤੋਂ ਬਿਨਾ ਇੱਜ਼ਤਾਂ ਦੇ ਵੱਟੇ ਜਿੱਥੇ ਪੈਸਾ ਮਿਲਦਾ ਨੇੜੇ ਵੀ ਨਾ ਜਾਈਏ ਇਸੇ ਕੰਮ ਧੰਦੇ ਦੇ, ਖਾ ਕੇ ਜਿਹੜਾ ਥਾਲੀ ਵਿੱਚ ਕਰੇ ਛੇਕ ਫਿੱਟੇ ਮੂੰਹ ਜੇ ਸਲੱਗ ਬੰਦੇ ਦੇ। ਲਓ ਮਿਹਨਤ ਕਰਨੀ ਬਣਦੀ ਆ। ਜੱਸਾ ਪੱਟੀ ਉਮੇਸ਼ ਮਦਰੇ ਦੇ ਦਰਮਿਆਨ ਵੱਡੀ ਕੁਸ਼ਤੀ ਚੱਲਦੀ ਆ ਤੇ ਅੱਜ ਦੀ ਝੰਡੀ ਦੀ ਕੁਸ਼ਤੀ ਨੂੰ ਸਰਦਾਰ ਬਲਵਿੰਦਰ ਸਿੰਘ ਸਨ ਆਫ ਸਰਦਾਰ ਮਹਿੰਦਰ ਸਿੰਘ ਜੀ ਖੰਗੂੜਾ ਪਰਿਵਾਰ ਵੱਲੋਂ ਵੱਡੇ ਮਾਣ ਧੰਨਵਾਦ ਕੀਤਾ ਜਾ ਰਿਹਾ। ਕੁਲਦੀਪ ਢਡਵਾਲ, ਜੱਸੀ ਢਡਵਾਲ ਸਨ ਆਫ ਸਰਦਾਰ ਪਿਆਰਾ ਸਿੰਘ ਜੀ ਥਾਣੇਦਾਰ ਗੜੀ ਮਾਨ ਸਿੰਘ ਵਾਲੇ ਵੱਡੇ ਸ਼ਕੀਨ ਹੈ ਕੁਸ਼ਤੀਆਂ ਦੇ, ਵੱਡਾ ਸਤਿਕਾਰ ਕੀਤਾ ਜਾ ਰਿਹਾ ਇਹਨਾਂ ਪਰਿਵਾਰਾਂ ਦਾ। ਆਹ ਏਰੀਆ ਪਿਆਰ ਬੋਲਦਾ, ਲਓ ਸਾਹਮਣੇ ਦੇਖਾਂਗੇ ਕੁਸ਼ਤੀ ਦਾ ਯੁੱਧ ਚੱਲਦਾ ਕੌਣ ਜਿੱਤੂ ਕੌਣ ਹਰੂ। ਗੱਲ ਵਕਤ ਦੀ ਹੈ ਕਿ ਸੂਰਬੀ ਨੂੰ ਹੈ ਮਹਿਣਾ ਮੌਤ ਵਰਗਾ, ਜਰ ਲੱਗ ਜਾਂਦੇ ਜਦ ਨੇਜੇ ਭਾਲਿਆਂ ਦੇ, ਪਹਿਲਵਾਨ ਦਾ ਸਿੱਕਾ ਖਤਮ ਹੋ ਜਾਏ, ਡੁੱਲ ਜਾਂਦਾ ਜਦੋਂ ਮੱਧ ਪਿਆਲਿਆਂ ਦੇ, ਸਾਧੂ ਸੰਤ ਨਹੀਂ ਬੰਦਾ ਕੋਈ ਹੋਰ ਹੋਣਾ, ਦਿੰਦਾ ਬਹੁਤਾ ਜ਼ੋਰ ਮਸਾਲਿਆਂ ਦੇ, ਉਸ ਮਿਸਤਰੀ ਨੇ ਕੀ ਮਹਿਲ ਪਾਉਣੇ, ਅੱਕ ਜਾਂਦਾ ਜੋ ਸਾਲ ਗਰਮਾਲਿਆਂ ਤੇ, ਖਾਂਦਾ ਹੋਈ ਨੇ ਧੋਖੇ ਗੁਰਦਾਸ ਸੰਧੂ, ਟਿਕ ਜਾਂਦਾ ਜੋ ਮਾੜੇ ਰਖਵਾਲਿਆਂ ਤੇ। ਲਓ ਕੁਸ਼ਤੀ ਦਾ ਯੁੱਧ ਚੱਲਦਾ, ਇੱਕ ਪਾਸੇ ਕਹਿੰਦੇ ਉਮੇਸ਼ ਮਦਰਾ ਨਾਲ ਜੱਸਾ ਪੱਟੀ, ਆਹ ਚੀਨ ਦੀ ਕੰਧ ਕਿਹਾ ਜਾਂਦਾ ਕਹਿੰਦੇ ਭਲਵਾਨੀ ਖੇਤਰ 'ਚ, ਛਿੰਦਾ ਪੱਟੀ ਦਾ ਨਾਮ ਵੱਡਾ ਰਿਹਾ, ਆਹ ਨਗਰ 'ਚ ਵੱਡੀਆਂ ਭਲਵਾਨੀਆਂ ਕੀਤੀਆਂ ਨੇ ਵੱਡੇ ਨਾਮਣਿਆ। ਲਓ ਉਮੇਸ਼ ਮਦਰਾ ਤੇ ਜੱਸਾ ਪੱਟੀ ਦੇ ਦਰਮਿਆਨ ਯੁੱਧ ਚੱਲਦਾ ਵੀ ਆਹ ਕੁਸ਼ਤੀ ਲਈ ਤਾੜੀਆਂ ਮਾਰ ਦਿਓ। ਆਹ ਵੱਡੇ ਮੱਲ ਪੁੱਜੇ ਹੋਏ ਆ, ਐਨ ਸਿਰਾ ਕੁਸ਼ਤੀ ਚੱਲਦੀ ਹੋਈ। ਪਰ ਇੱਧਰਲੇ ਪਾਸੇ ਅੱਜ ਦੀ ਝੰਡੀ ਦੀ ਕੁਸ਼ਤੀ ਫਾਈਨਲ ਕੁਸ਼ਤੀ ਹੈ, ਇੱਕ ਪਾਸੇ ਉਮੇਸ਼ ਮਦਰਾ ਆ ਦੂਸਰੇ ਪਾਸੇ ਜੱਸਾ ਪੱਟੀ। ਪਿਆਰ ਸਲੂਕ ਅਦਬ ਦੇ ਨਾਲ ਆਪਾਂ ਕੁਸ਼ਤੀ ਲੜਦੇ ਆ, ਪਿਆਰ ਦੇ ਨਾਲ ਤੇ ਭਾਵੇਂ ਮਿਰਚਾਂ ਵੇਚ ਲਓ ਗੁੱਸੇ ਵਾਲੇ ਦਾ ਗੁੜ ਨਹੀਂ ਵਿਕਦਾ, ਇਸ ਕਰਕੇ ਪਿਆਰ ਨਾਲ ਕੁਸ਼ਤੀ ਲੜਨੀ ਹੈ। ਕੋਈ ਵੀ ਭਲਵਾਨ ਕਿਸੇ ਦੇ ਸੱਟ ਚੋਟ ਮਾਰਨ ਦੀ ਕੋਸ਼ਿਸ਼ ਨਾ ਕਰੇ, ਇਹ ਸਾਰੇ ਵੀ ਨੋਟ ਕਰਿਓ।
लो सामने कहते कुश्ती का युद्ध चलता है इधरले पासे सामने एक पासे जस्सा पट्टी है और दूसरे पासे महेश मात्रा उधर भाना पहलवान जी पुजे हुए है अपने सारे मल्लां नूं नाल लैके सरदार बोध सिंह त्रेता जी पुजे हुए है महिंदर पहलवान जी टिब्बी पुजे हुए है बहुत बड़ा सत्कार जिथे साडे दरम्यान बघेल सिंह जी काले वाले ने विजय पहलवान जी फगवाड़ा तीर्थ पहलवान जी जानकारी दिंदे आ भई 7 तरीक मालां दी भज्जी आउंदी है छोटा कनी हुशियारपुर जस्से पट्टी दे दरम्यान कहिंदे झंडी दी कुश्ती होणी है सारे भी नोट कर लियो लाओ सामने कहते कुश्ती का युद्ध चलता है एक पासे महेश मात्रा दूसरे पासे जस्सा पट्टी आज दी ये फाइनल कुश्ती चलती हुई सूरज टलिया बच्चा इच्छा करता मां दी गोदी दी दादी सख्त ड्यूटी हुंदी पुलिसमैन ते दोती दी उमरा पर जख्म सुख दे लगदे ना अपनियां चोटां दे रिश्तेदारी खत्म हो जांदी जद मसले बन जान नोटां दे घर दी कड्डी वर्गा नशा है पहलवान नूं ताड़ी दा संधुआ कई वारी कम करा दिंदा पंप मारे आड़ी दा लैवे ढोली वीर सरदार कृपाल सिंह जी कहते हैं भी अगले साल झंडी की कुश्ती लई दो नंबर की जी झंडी की कुश्ती होनी है 40,000 रुपया मेरे वालों कर दे एक बार ताड़ियां मार दो जोरदार बहुत बड़े मान होंगे अगले साल के लिए लैवे कृपाल सिंह ने तो लंगर के वास्ते भी ऐतकी काफ़ी माया पाई है सो ये हर साल क्योंकि घट्टो घट 50,000 रुपया तो लाए देंगे हैं होर जिहड़ी इन्होंने छिंझ वास्ते अगले साल लई लौसमंद करती उन्हां जो कीती सो सारे कमेटी वालों संगतां वालों इन्हां दा बहुत धन्नवाद ते सो ये तो 41,000 देना देना बाकी लंगर की सेवा तो अगे अंगरे करते आ ताड़ियां मार दो जस्सा जित गया जस्सा जित गया ताड़ियां मार दो जस्से लई अज दा सिरा हो गया आ दुनिया दे वड्डे मल आ सम्राणी दी धरती च पुज्जिया लैवे ताड़ियां मार दो पट्टी आले दे लई लैवे इक वार भाना सिंह एक बार भाना सिंह दो कदम अगे चल के आई भंगड़ा पा के दिखाली पहला जस्सा जी ला भाई बापू जी आयो एक बार भंगड़ा पा के दिखाओ खुशी वाला लो जी पा के दिखाओ भंगड़ा अवे मल जीतिया ताड़ियां मार दो उस्ताद भंगड़े पाउंदा उस्ताद भंगड़े पाउंदा आओ बड़े माण आओ सामने कहिंदे कुश्ती जीती है मल ने आओ जस्सा पट्टी जेतू रिहा समराड़ी दे विच जिन्ने भी भरा पुजे हुए आ कल्ले कल्ले भरा अज दे छिंझ मेले च पुजण दे बहुत वड्डा धन्नवाद कीता जा रिहा भई ताड़ियां मार दो जी कुश्ती वधिया लगी दा लाओ बड़ा सम्मान लाओ दो नंबर की झंडी की कुछ